शौर्य चक्र विनर। कामरेड साहब देश की एकता ते अखंडता की खातर शहीद हो गए, पूरे वर्ल्ड लैवल से उन्होंने कुरबानी का सारा ही। ये बावजूद ही पंजाब सरकार, चाहे इस तो पहला कैप्टन साहब की सरकार सी, चन्नी साहब की सरकार सी, जां चाहे अज आम आदमी पार्टी सरकार आ, इन्हां नूं कुछ भी रिलाइज नहीं है कि शौर्य चक्र अपनी जान तली धर के बड़िया मुसीबतों झलद्या होया देश की एकता ते अखंडता की खातर लड़न वाले एक महान योधे दे परिवार को किवें दर दर के धक्के ठोकर खानिया पै रही। परिवार बनते खतरे जां परिवार हेट लिस्ट होने के बावजूद भी कितनी घट सिक्योरिटी दी गई है, किदां दे हथियार दिए गए, बार बार उच्च अधिकारी के नोटिस लियाउण के बावजूद भी कोई एक्शन नहीं लिया जा रहा। जुलाई की रात 1 बजे मेरे बेटे दोवां बेटियां नूं फोन आया, छोटे बेटे ने पिक नहीं किया, वड्डे बेटे ने फोन पिक किया, तो उन्होंने बहुत ज़्यादा गंदियां गालां कढ़ियां गईयां, धमकियां दित्तियां गईयां, जिहड़ा कि वह फोन वो सीनियर अधिकारियों के नोटिस लिया गया, इहदे बावजूद भी कोई बनदी कार्रवाई नहीं की। बीते साल ही कामरेड बलविंदर सिंह का कुछ व्यक्तियों वालों घर में दाखिल होकर कतल किया गया सी, हुण उन्हां दे परिवार नूं भी धमकियां मिल रही ने। दस दिए कि विधानसभा हलका खेमकरन अधीन पेंदे कस्बा ਭੀਖੀ ਵਿੰਡ ਵਿਖੇ ਰਹਿਣ ਵਾਲੇ ਸ਼ੌਰੀਆ ਚੱਕਰ ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਵਿਦੇਸ਼ ਤੋਂ ਕਾਲ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ। ਇਸ ਸੰਬੰਧੀ ਬਲਵਿੰਦਰ ਸਿੰਘ ਦੀ ਪਤਨੀ ਜਗਦੀਪ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੇ ਦੋਵਾਂ ਲੜਕਿਆਂ ਨੂੰ ਵਿਦੇਸ਼ ਦੇ ਇੱਕ ਅਣਪਛਾਤੇ ਨੰਬਰ ਤੋਂ ਕਾਲ ਆਈ ਅਤੇ ਉਸ ਵਿੱਚ ਉਹਨਾਂ ਦੇ ਦੋਵਾਂ ਲੜਕਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਪਹਿਲਾਂ ਵੀ ਉਹਨਾਂ ਦੇ ਪਤੀ ਬਲਵਿੰਦਰ ਸਿੰਘ ਕਾਮਰੇਡ ਦਾ ਘਰ ਵਿੱਚ ਦਾਖਲ ਹੋ ਕੇ ਕੁਝ ਵਿਅਕਤੀ ਕਤਲ ਕਰ ਚੁੱਕੇ ਨੇ ਅਤੇ ਹੁਣ ਉਹਨਾਂ ਦੇ ਦੋਵਾਂ ਬੱਚਿਆਂ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਵਿਦੇਸ਼ ਤੋਂ ਆ ਰਹੀਆਂ ਧਮਕੀਆਂ ਦੇ ਚੱਲਦੇ ਉਹ ਹੁਣ ਸਹਿਮ ਦੇ ਮਾਹੌਲ 'ਚ ਬੈਠੇ ਨੇ, ਜਿਸ ਦੇ ਚੱਲਦੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਸੁਰੱਖਿਆ ਵਧਾਈ ਜਾਵੇ ਤਾਂ ਜੋ ਕੋਈ ਹੋਰ ਅਣਹੋਣੀ ਘਟਨਾ ਨਾ ਵਾਪਰ ਸਕੇ। ਨਾਲ ਹੀ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੇ ਪਰਿਵਾਰ ਨਾਲ ਕੁਝ ਵੀ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਦੌਰਾਨ ਉਹਨਾਂ ਹੋਰ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਮੇਰਾ ਨਾਮ ਜਗਦੀਸ਼ ਕੌਰ ਸੰਧੂ, ਸ਼ੌਰਿਆ ਚੱਕਰ ਵਿਨਰ, ਵਾਈਫ ਆਫ ਕਾਮਰੇਡ ਬਲਵਿੰਦਰ ਸਿੰਘ, ਸ਼ੌਰਿਆ ਚੱਕਰ ਵਿਨਰ। ਕਾਮਰੇਡ ਸਾਹਿਬ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਰ ਸ਼ਹੀਦ ਹੋ ਗਏ ਆ, ਪੂਰੇ ਵਰਲਡ ਲੈਵਲ 'ਤੇ ਉਹਨਾਂ ਦੀ ਕੁਰਬਾਨੀ ਦਾ ਸਾਰਿਆਂ ਹੀ ਪਬਲਿਕ ਨੂੰ ਪਤਾ ਹੈ। ਇਹਦੇ ਬਾਵਜੂਦ ਵੀ ਪੰਜਾਬ ਸਰਕਾਰ, ਚਾਹੇ ਇਸ ਤੋਂ ਪਹਿਲਾਂ ਕੈਪਟਨ ਸਾਹਿਬ ਦੀ ਸਰਕਾਰ ਸੀ, ਚੰਨੀ ਸਾਹਿਬ ਸਰਕਾਰ ਸੀ, ਜਾਂ ਚਾਹੇ ਅੱਜ ਆਮ ਆਦਮੀ ਪਾਰਟੀ ਸਰਕਾਰ ਆ, ਇਹਨਾਂ ਨੂੰ ਕੁਛ ਵੀ ਰਿਲਾਈਜ਼ ਨਹੀਂ ਆ ਕਿ ਸ਼ੌਰਿਆ ਚੱਕਰ ਲੈਣਾ ਕੋਈ ਸੌਖੀ ਗੱਲ ਨਹੀਂ ਆ। ਆਪਣੀ ਜਾਨ ਤਲੀ 'ਤੇ ਧਰ ਕੇ ਬੜੀਆਂ ਮੁਸੀਬਤਾਂ ਨੂੰ ਝਲਦਿਆਂ ਹੋਇਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਰ ਲੜਨ ਵਾਲੇ ਇੱਕ ਮਹਾਨ ਯੋਧੇ ਦੇ ਪਰਿਵਾਰ ਨੂੰ ਕਿਵੇਂ ਦਰ ਦਰ ਦੇ ਧੱਕੇ 'ਤੇ ਠੋਕਰਾਂ ਖਾਣੀਆਂ ਪੈ ਰਹੀਆਂ, ਜਿਹਦੀ ਇੱਕ ਬੜੀ ਸਾਫ਼ ਜਿਹੀ ਇਗਜ਼ਾਮਪਲ ਆ ਕਿ ਸਾਨੂੰ ਸਿਕਿਉਰਿਟੀ ਦਿੱਤੀ ਗਈ, ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਹੈ, ਜਿਹੜੀ ਕਿ ਸਾਡੇ ਪਰਿਵਾਰ ਅਤੇ ਪਰਿਵਾਰ ਦੇ ਨੂੰ ਬਣਦੇ ਖਤਰੇ ਜਾਂ ਪਰਿਵਾਰ ਹੇਠ ਲਿਸਟ ਹੋਣ ਦੇ ਬਾਵਜੂਦ ਵੀ ਕਿੰਨੀ ਘੱਟ ਸਿਕਿਉਰਿਟੀ ਦਿੱਤੀ ਗਈ ਆ, ਕਿੱਦਾਂ ਦੇ ਹਥਿਆਰ ਦਿੱਤੇ ਗਏ ਆ, ਬਾਰ ਬਾਰ ਉੱਚ ਅਧਿਕਾਰੀ ਦੇ ਨੋਟਿਸ ਵਿੱਚ ਲਿਆਉਣ ਦੇ ਬਾਵਜੂਦ ਵੀ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਪਤਾ ਨਹੀਂ ਇਹਦੇ ਪਿੱਛੇ ਕੀ ਕਾਰਨ ਆ, ਕਿਉਂ ਇਗਨੋਰ ਕੀਤਾ ਜਾ ਰਿਹਾ, ਕਿਉਂ ਨਹੀਂ ਸਮਝਿਆ ਜਾ ਰਿਹਾ ਕਿ ਇੱਕ ਦੇਸ਼ ਦੀ ਖਾਤਰ, ਪੰਜਾਬ ਦੀ ਅਮਨ ਅਤੇ ਸ਼ਾਂਤੀ ਦੀ ਖਾਤਰ ਸ਼ਹੀਦ ਹੋਣ ਵਾਲੇ ਮਹਾਨ ਯੋਧੇ ਦੇ ਪਰਿਵਾਰ ਨੂੰ ਦੇ ਨਾਲ ਇੱਦਾਂ ਦਾ ਬਿਹੇਵ ਕਿਉਂ ਕੀਤਾ ਜਾ ਰਿਹਾ ਵਾ। ਇਸ ਦੇ ਨਾਲ ਹੀ ਜੁੜੀ ਇੱਕ ਹੋਰ ਗੱਲ ਕਿ ਜਿਵੇਂ 18 ਜੁਲਾਈ ਦੀ ਰਾਤ 1 ਵਜੇ ਮੇਰੇ ਬੇਟੇ ਦੋਵਾਂ ਬੇਟਿਆਂ ਨੂੰ ਫੋਨ ਆਇਆ, ਛੋਟੇ ਬੇਟੇ ਨੇ ਪਿੱਕ ਨਹੀਂ ਕੀਤਾ, ਵੱਡੇ ਬੇਟੇ ਨੇ ਫੋਨ ਪਿੱਕ ਕੀਤਾ, ਤਾਂ ਉਹਨੂੰ ਬਹੁਤ ਜ਼ਿਆਦਾ ਗੰਦੀਆਂ ਗਾਲਾਂ ਕੱਢੀਆਂ ਗਈਆਂ, ਧਮਕੀਆਂ ਦਿੱਤੀਆਂ ਗਈਆਂ, ਜਿਹੜਾ ਕਿ ਉਹ ਫੋਨ ਬਾਹਰ ਵਿਦੇਸ਼ ਤੋਂ ਆਇਆ ਸੀਗਾ, ਉਹ ਸੀਨੀਅਰ ਅਧਿਕਾਰੀਆਂ ਦੇ ਨੋਟਿਸ ਵਿੱਚ ਲਿਆਂਦਾ ਗਿਆ। ਇਹਦੇ ਬਾਵਜੂਦ ਵੀ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਗਈ। ਟਾਈਮ ਟੂ ਟਾਈਮ ਮੈਂ ਆਪਣੇ ਲੈਟਰ ਤੇ ਲਿਖ ਲਿਖ ਕੇ ਸੀਨੀਅਰ ਅਧਿਕਾਰੀਆਂ ਦੇ ਵਟਸਐਪ ਕਰਦੀ ਰਹੀ ਹਾਂ, ਉਹਨਾਂ ਦੇ ਟਾਈਮ ਟੂ ਟਾਈਮ ਜਿਹੜਾ ਵਾ ਉਹਨਾਂ ਨੂੰ ਮੇਲ ਭੇਜਦੇ ਰਹੇ ਹਾਂ, ਜਿਹੜੀਆਂ ਵੀ ਸਾਨੂੰ ਮੁਸ਼ਕਲਾਂ ਆਉਂਦੀਆਂ ਵਾ, ਪਰ ਇਹਦੇ ਬਾਵਜੂਦ ਵੀ ਜਿਹੜਾ ਵਾ ਉਹ ਸਾਡੇ ਪਰਿਵਾਰ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਮੈਂ ਪੁਰਜੋਸ਼ ਸ਼ਬਦਾਂ ਦੇ ਵਿੱਚ ਮੰਗ ਕਰਦੀ ਹਾਂ ਕਿ ਮੇਰੇ ਪਰਿਵਾਰ ਨੂੰ ਬੰਨ ਦੀ ਸੁਰੱਖਿਆ ਦਿੱਤੀ ਜਾਵੇ, ਅਤੇ ਜਿਹੜੇ ਇਸ ਤਰ੍ਹਾਂ ਦੇ ਧਮਕੀਆਂ ਭਰੇ ਫੋਨ ਕਾਲ ਆਉਂਦੀਆਂ ਆ ਉਹਦੇ 'ਤੇ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇ। ਤੁਹਾਡੇ ਪਰਿਵਾਰ 'ਤੇ ਹੁਣ ਤੱਕ ਕਾਂਪਰੇਟ ਹੋ ਗਿਆ ਜਾਂ ਬਲਕਿ ਜਿਹੜਾ ਪਿਛਲੇ ਸਮੇਂ ਵਿੱਚ ਕਿੰਨੇ ਹਮਲੇ ਹੋਏ ਸੀਗੇ? ਸਾਡੇ ਪਰਿਵਾਰ 'ਤੇ ਅਣਗਿਣਤ ਹਮਲੇ ਹੋਏ, 42 ਹਮਲੇ ਹੋਏ ਆ, ਜਿਹੜੇ ਬਿਲਕੁਲ ਪ੍ਰੀ ਪਲਾਂਟ ਪ੍ਰੋਗਰਾਮ ਦੇ ਹਿਸਾਬ ਨਾਲ ਹੋਏ ਸੀਗੇ, ਉਹ ਸਾਰੇ ਜਿਨ੍ਹਾਂ ਦੀ FIR ਥਾਣੇ ਦੇ ਵਿੱਚ ਰਜਿਸਟਰਡ ਆ। ਇਸ ਵਾਸਤੇ ਪਰਿਵਾਰ ਉਸ ਦੌਰ ਦੇ ਵਿੱਚ, ਕਾਲੇ ਦਿਨਾਂ ਦੇ ਵਿੱਚ ਪਰਿਵਾਰ ਬਿਲਕੁਲ ਹੇਠ ਲਿਸਤੇ ਰਿਹਾ ਵਾ, ਅਤੇ ਇੱਦਾਂ ਦੀ ਕੋਈ ਇਗਜ਼ਾਮਪਲ ਹੀ ਨਹੀਂ ਮਿਲਦੀ ਕਿ ਪੂਰੇ ਦੇ ਪੂਰੇ ਪਰਿਵਾਰ ਨੂੰ
किसी देश के राष्ट्रपति वालों शौर्य चक्र मिले होण सानूं बड़ा माण महसूस हुंदा आ कि असीं अपने देश ते पंजाब दे लोकां दी अमन खुशहाली ते शांति वास्ते उहनां दिनां विच फाइट कीता ते सानूं बड़ा सकून है कि असीं चंगे काम काज वास्ते लड़ाई लड़े हाँ। पर इहदे नाल नाल इस गल दा बड़ा दुख भी आ, दुख जाहिर करदे हाँ कि साडियां सरकारां नूं साडे पुलिस प्रशासन नूं इहदे बारे कुछ नॉलेज नहीं हैगा कि उहनां दिनां दे हालातां विच परिवार ने किड्डा जिहड़ा आ बहादुरी नाल टाकरा कीता आ अतवाद ਦਾ ਵੱਖਵਾਦ ਦਾ। ਇਸ ਵਾਸਤੇ ਮੈਂ ਫਿਰ ਦੁਬਾਰਾ ਬਾਰ ਬਾਰ ਇੱਕ ਹੀ ਗੱਲ ਰਿਪੀਟ ਕਰੂੰਗੀ ਕਿ ਸਾਡੇ ਪਰਿਵਾਰ ਦੀ ਸੁਰੱਖਿਆ ਮੁਹੱਈਆ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਅਤੇ ਬਣਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ। ਹਾਂਜੀ ਸਾਨੂੰ ਸਾਡੇ ਕੋਲ ਇਸ ਟਾਈਮ 'ਤੇ 4 ਗਨਮੈਨ ਆ ਜੀ। ਮੈਂ ਇਹ ਮੰਗ ਕਰਦੀ ਹਾਂ ਕਿ ਸਫੀਸ਼ੈਂਟ ਨਹੀਂ ਆ ਸਾਡੇ ਪਰਿਵਾਰ ਵਾਸਤੇ ਕਿਉਂਕਿ 4 ਗਨਮੈਨ ਜਿਹੜੇ ਇਹਨਾਂ ਨੇ ਟਰਨ ਵਾਈਜ਼ ਛੁੱਟੀ 'ਤੇ ਜਾਣਾ ਹੁੰਦਾ ਆ, ਇਹਨਾਂ ਦੀਆਂ ਕੁਛ ਆਪਣੀਆਂ ਪ੍ਰੋਬਲਮਸ ਹੁੰਦੀਆਂ ਆ ਜਿਹੜੇ ਸਾਰੇ ਹਰ ਟਾਈਮ 'ਤੇ ਅਵੇਲੇਬਲ ਨਹੀਂ ਹੁੰਦੇ। ਸਾਨੂੰ ਬੜੀ ਮੁਸ਼ਕਿਲ ਹੁੰਦੀ ਆ ਪਰਿਵਾਰ ਨੂੰ ਬਾਹਰ ਜਾਣ 'ਚ, ਜੇ ਸਾਡੇ ਪਰਿਵਾਰ ਦੇ 2 ਮੈਂਬਰਸ ਨੇ ਵੱਖ ਵੱਖ ਥਾਵਾਂ 'ਤੇ ਜਾਣਾ ਹੋਵੇ ਤਾਂ ਸਾਨੂੰ ਇੱਕ ਪਰਸਨ ਤੋਂ ਵਿਦਆਊਟ ਸਿਕਿਉਰਿਟੀ ਜਾਣਾ ਪਊਗਾ ਨਾ। ਅਜੇ ਤਾਂ ਕੋਈ ਭਰੋਸਾ ਨਹੀਂ ਹੈ ਪੁਲਿਸ ਵੱਲੋਂ ਸਾਨੂੰ, ਕਿਉਂਕਿ ਮੈਂ ਮੇਲ ਵੀ ਬੜੀਆਂ ਕੀਤੀਆਂ, ਉਹਦਾ ਕੋਈ ਆਨਸਰ ਨਹੀਂ ਆਇਆ। ਮੈਂ ਬਾਏ ਫੇਸ ਜਾ ਕੇ ਮਿਲ ਕੇ ਵੇਖ ਲਿਆ ਵਾ ਸੀਨੀਅਰ ਆਫਿਸਰ ਜੀ ਨੂੰ, ਕੋਈ ਕਿਸੇ ਤਰ੍ਹਾਂ ਦਾ ਕੋਈ ਰਿਸਪੋਂਸ ਨਹੀਂ ਆ। ਅਤੇ ਮੈਂ ਤਾਂ ਇਹੀ ਮੰਗ ਕਰੂੰਗੀ ਕਿ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਨਹੀਂ, ਇਸ ਤੋਂ ਪਹਿਲਾਂ ਕੋਈ ਕਾਲ ਨਹੀਂ ਆਈ। ਜਦੋਂ ਸਾਨੂੰ 18 ਜੁਲਾਈ ਦੀ ਰਾਤ ਨੂੰ ਕਾਲ ਆਈ ਆ, ਅਰਲੀ ਮੋਰਨਿੰਗ ਜਾ ਕੇ ਅਸੀਂ ਥਾਣੇ ਦੇ ਵਿੱਚ ਲਿਖਵਾ ਦਿੱਤਾ ਆ। ਪਤਾ ਨਹੀਂ ਹੁਣ FIR ਜਿਹੜੀ ਆ ਰਜਿਸਟਰਡ ਹੋਈ ਆ ਕਿ ਨਹੀਂ ਹੋਈ, ਪਰ ਅਸੀਂ ਪੁਲਿਸ ਦੇ ਲੋਕਲ ਪੁਲਿਸ ਦੇ ਨੋਟਿਸ ਲੈ ਆਏ ਜੀ। ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਕੀ ਕੁਝ ਕਿਹਾ, ਆਓ ਉਹ ਵੀ ਸੁਣਦੇ ਹਾਂ। ਦੇਖੋ, ਨਿਯਮਾਂ ਮੁਤਾਬਕ ਉਹਨਾਂ ਨੂੰ ਪਹਿਲਾਂ ਹੀ ਜਿਹੜੀ ਆ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਜੇਕਰ ਉਹਨਾਂ ਨੂੰ ਸੁਰੱਖਿਆ ਕਰਮਚਾਰੀਆਂ ਪ੍ਰਤੀ ਕੋਈ ਸ਼ਿਕਾਇਤ ਆ, ਉਹਨੂੰ ਮੈਂ ਆਪ ਵਾਚ ਕੇ ਜੇ ਉਹਦੇ ਵਿੱਚ ਕੋਈ ਤਬਦੀਲੀ ਕਰਨ ਵਾਲੀ ਆ ਜਾਂ ਕੋਈ ਅਸਲਾ ਐਮੋਨੀਸ਼ਨ ਦੀ ਤਬਦੀਲੀ ਕਰਨ ਵਾਲੀ ਆ, ਉਹ ਅਸੀਂ ਇਹਨੂੰ ਜਲਦ ਦੇ ਆਧਾਰ 'ਤੇ ਹੈੱਡਕੁਆਟਰ ਨਾਲ ਗੱਲ ਕਰਕੇ ਅਤੇ ਚੇਂਜ ਕਰਾ ਦਾਂਗੇ। ਅਤੇ ਸਾਡਾ ਮੁੱਖ ਮਕਸਦ ਜਿਹੜਾ ਸੁਰੱਖਿਅਤ ਕਰਮਚਾਰੀ ਵਿਅਕਤੀ ਆ ਉਹਦੀ ਸੁਰੱਖਿਆ ਨੂੰ ਬਹਾਲ ਰੱਖਣਾ। ਦੇਖੋ, ਉਸ ਸੰਬੰਧੀ ਅਸੀਂ ਜਿਹੜਾ ਸਾਡਾ ਸਾਈਬਰ ਕ੍ਰਾਈਮ ਹੈ ਉਹ ਇਸ ਸੰਬੰਧੀ ਜਿਹੜੀ ਆ ਪੜਤਾਲ ਕਰ ਰਿਹਾ। ਤਰਨ ਤਾਰਨ ਤੋਂ ਨਰਿੰਦਰ ਸਿੰਘ ਦੀ ਰਿਪੋਰਟ, ਰੰਗਲਾ TV।